ਗੁੱਡ ਮਾਰਨਿੰਗ ਦੀ ਬਾਹਰ ਜਿਹੜੀ ਆ ਬਹੁਤ ਜ਼ਿਆਦਾ ਧੁੰਦ ਪਈ ਹੋਈ ਆ ਅਤੇ ਇੱਧਰ ਮੈਂ ਚਾਹ ਗਰਮ ਹੋਣ ਵਾਸਤੇ ਰੱਖੀ ਹੋਈ ਆ। ਅੱਜ ਮੈਂ ਬਣਾਉਣੀ ਆ ਗੋਭੀ ਅਤੇ ਗੋਭੀ ਨੂੰ ਜਿਹੜਾ ਮੈਂ ਧੋ ਕੇ ਅਤੇ ਇੱਕ ਟੋਕਰੀ ਵਿੱਚ ਕੱਢਿਆ ਹੋਇਆ ਆ ਇਹ ਜਿਹਦੇ ਨਾਲ ਅੱਧਾ ਘੰਟਾ ਪਹਿਲਾਂ ਜੇ ਇਹਨਾਂ ਨੂੰ ਕੱਢ ਕੇ ਰੱਖ ਦਿਉ ਨਾ ਅਤੇ ਜਿਹੜਾ ਇਹਦਾ ਪਾਣੀ ਆ ਉਹ ਚੰਗੀ ਤਰ੍ਹਾਂ ਨੁੱਚੜ ਜਾਂਦਾ ਆ ਅਤੇ ਗੋਭੀ ਜਿਹੜੀ ਆ ਪਾਣੀ ਰਿਲੀਜ਼ ਨਹੀਂ ਕਰਦੀ। ਅਤੇ ਇਹਦੇ ਵਿੱਚ ਪਾਉਣੇ ਆ ਮਟਰ, ਮਟਰ ਵੀ ਮੈਂ ਕੱਢ ਲਏ ਆ। ਅਤੇ ਹੁਣ ਜਿਹੜਾ ਆ ਪਹਿਲਾਂ ਮੈਂ ਆਪਣੇ ਹਸਬੈਂਡ ਨੂੰ ਚਾਹ ਦੇ ਕੇ ਫਿਰ ਫਟਾਫਟ ਲਗਾਉਣਾ ਆ ਤੜਕਾ। ਪਿਆਜ਼, ਲਸਣ ਅਤੇ ਅਦਰਕ ਮੈਂ ਤਿੰਨੇ ਜਿਹੜੇ ਬਰੀਕ ਬਰੀਕ ਕੱਟ ਲਏ ਆ ਅਤੇ ਇੱਧਰ ਜਿਹੜਾ ਆ ਉਹ ਮੇਰਾ ਤੇਲ ਵੀ ਗਰਮ ਹੋ ਗਿਆ ਆ ਅਤੇ ਹੁਣ ਮੈਂ ਜਿਹੜਾ ਆ ਹੁਣ ਲਾਉਣਾ ਆ ਤੜਕਾ। ਸਭ ਤੋਂ ਪਹਿਲਾਂ ਇਹਦੇ ਵਿੱਚ ਪਾਊਂਗੀ ਇੱਕ ਚਮਚ ਅਜਵਾਇਣ ਦਾ ਅਤੇ ਨਾਲ ਹੀ ਇਹਦੇ ਵਿੱਚ ਪਾ ਦੇਣਾ ਅਦਰਕ ਅਤੇ ਲਸਣ। ਥੋੜ੍ਹੀ ਦੇਰ ਵਾਸਤੇ ਇਹਨੂੰ ਭੁੰਨ ਲੈਣਾ ਆ ਕੋਈ ਅੱਧੇ ਮਿੰਟ ਵਾਸਤੇ। ਹੁਣ ਇਹਦੇ ਵਿੱਚ ਪਾ ਦੇਣਾ ਆ ਪਿਆਜ਼ ਪਿਆਜ਼ ਨੂੰ ਜਿਹੜਾ ਆ ਗੋਲਡਨ ਬਰਾਊਨ ਹੋਣ ਤੱਕ ਭੁੰਨ ਲੈਣਾ ਆ ਅਤੇ ਜਿੰਨੀ ਦੇਰ ਮੇਰਾ ਪਿਆਜ਼ ਭੁੱਜਦਾ ਉਨੀ ਦੇਰ ਮੈਂ ਟਮਾਟਰ ਅਤੇ ਹਰੀ ਮਿਰਚ ਉਹ ਵੀ ਕੱਟ ਲੈਣੀ ਆ। ਦੋ ਮੈਂ ਟਮਾਟਰ ਲਏ ਆ ਅਤੇ ਚਾਰ ਹਰੀਆਂ ਮਿਰਚਾਂ ਆ, ਉਸ ਤਰ੍ਹਾਂ ਮੈਂ ਤਿੰਨ ਹਰੀ ਮਿਰਚਾਂ ਪਾਉਂਦੀ ਹੁੰਦੀ ਹਾਂ। ਬਾਕੀ ਜਿਹੜਾ ਆ ਟੇਸਟ ਤਾਂ ਆਪਣੇ ਅਕੋਰਡਿੰਗ ਹੁੰਦਾ, ਜ਼ਿਆਦਾ ਮਿਰਚ ਅਸੀਂ ਨਹੀਂ ਖਾਂਦੇ, ਅਸੀਂ ਬਹੁਤ ਘੱਟ ਮਿਰਚ ਖਾਂਦੇ ਹਾਂ ਅਤੇ ਇਹ ਮਿਰਚਾਂ ਛੋਟੀਆਂ ਛੋਟੀਆਂ ਸੀ ਅਤੇ ਮੈਂ ਚਾਰ ਲੈਂਦੀ ਹਾਂ ਅਤੇ ਦੋ ਟਮਾਟਰ। ਮੈਂ ਨਾ ਮਿਰਚਾਂ ਨੂੰ ਨਾ ਇਸ ਤਰ੍ਹਾਂ ਹੀ ਕੱਟਦੀ ਹਾਂ ਕਿਉਂਕਿ ਨਾ ਇਹ ਜੇ ਮੈਂ ਇਸ ਤਰ੍ਹਾਂ ਕੱਟਾਂ ਨਾ ਇਹ ਇਸ ਤਰ੍ਹਾਂ ਕਰਕੇ ਫਿਰ ਮੇਰੇ ਹੱਥਾਂ ਨੂੰ ਲੱਗ ਜਾਂਦੀਆਂ ਅਤੇ ਕਾਫੀ ਦੇਰ ਫਿਰ ਹੱਥ ਜਿਹੜੇ ਆ ਉਹ ਸੜੂ ਸੜੂ ਕਰਦੇ ਰਹਿੰਦੇ, ਮਤਲਬ ਕਿ ਹੱਥਾਂ ਨੂੰ ਮਿਰਚਾਂ ਜਿਹੜੀਆਂ ਉਹ ਲੱਗਦੀਆਂ ਰਹਿੰਦੀਆਂ ਅਤੇ ਸਾੜ ਪੈਂਦਾ ਰਹਿੰਦਾ ਆ। ਤੁਸੀਂ ਕੈਂਚੀ ਨਾਲ ਵੀ ਜਿਹੜੀ ਆ ਉਹ ਕੱਟ ਸਕਦੇ ਹੋ ਪਰ ਮੈਂ ਇਸ ਤਰ੍ਹਾਂ ਹੀ ਕੱਟ ਲੈਂਦੀ ਹਾਂ, ਮੈਨੂੰ ਇੱਦਾਂ ਹੀ ਆਦਤ ਪਈ ਹੋਈ ਆ। ਪਿਆਜ਼ ਜਿਹੜਾ ਗੋਲਡਨ ਬਰਾਊਨ ਜਿਹੜਾ ਹੋ ਗਿਆ ਆ ਅਤੇ ਇਹਦੇ ਵਿੱਚ ਹੁਣ ਮੈਂ ਪਾ ਦਿੰਦੀ ਹਾਂ ਟਮਾਟਰ ਅਤੇ ਹਰੀ ਮਿਰਚ। ਨਮਕ ਕਸ਼ਮੀਰੀ ਲਾਲ ਮਿਰਚ ਹਲਦੀ ਇਹਨੂੰ ਮਿਕਸ ਕਰ ਲੈਣਾ ਆ ਫਿਰ ਥੋੜ੍ਹਾ ਜਿਹਾ ਪਾ ਦੇਣਾ ਆ ਪਾਣੀ ਕਿਉਂਕਿ ਟਮਾਟਰ ਥੋੜ੍ਹੇ ਸਖਤ ਸੀਗੇ ਅਤੇ ਪਾਣੀ ਦੇ ਨਾਲ ਜਿਹੜੇ ਟਮਾਟਰ ਆ ਉਹ ਸੋਫਟ ਹੋ ਜਾਣਗੇ ਅਤੇ ਟਮਾਟਰ ਜਿਹੜੇ ਉਹ ਚੰਗੀ ਤਰ੍ਹਾਂ ਪੱਕ ਜਾਣੇ ਚਾਹੀਦੇ ਆ।
ਟਮਾਟਰ ਤੁਸੀਂ ਗਰੇਟ ਕਰਕੇ ਵੀ ਯੂਜ਼ ਕਰ ਸਕਦੇ ਹੋ। ਇੱਕ ਚਮਚ ਭਰ ਕੇ ਮੈਂ ਗਰਮ ਮਸਾਲੇ ਦਾ ਪਾ ਦੇਣਾ ਆ। ਗਰਮ ਮਸਾਲਾ ਬਾਅਦ 'ਚ ਵੀ ਪਾ ਸਕਦੇ ਹਾਂ, ਪਰ ਮੈਂ ਜਿਹੜਾ ਤੜਕੇ ਵਿੱਚ ਹੀ ਪਾ ਦਿੰਦੀ ਹਾਂ। ਜਿਹੜੀ ਸਬਜ਼ੀ ਹੈ ਇਹਦੇ ਨਾਲ ਬਹੁਤ ਹੀ ਟੇਸਟੀ ਬਣਦੀ ਆ। ਤੜਕਾ ਜਿਹੜਾ ਆ ਉਹ ਚੰਗੀ ਤਰ੍ਹਾਂ ਭੁੱਜ ਗਿਆ ਆ ਅਤੇ ਔਇਲ ਵੀ ਜਿਹੜਾ ਸੈਪਰੇਟ ਹੋ ਗਿਆ ਆ। ਹੁਣ ਇਹਦੇ ਵਿੱਚ ਆਪਾਂ ਪਾ ਦੇਣੀ ਆ ਗੋਭੀ। ਹੁਣ ਪਾ ਦੂੰਗੀ ਮਟਰ। ਮਟਰ ਜਿਹੜੇ ਮੈਂ ਚੰਗੀ ਤਰ੍ਹਾਂ ਧੋ ਲਏ ਸੀਗੇ। ਪਾਣੀ ਜਿਹੜਾ ਉਹ ਬਿਲਕੁਲ ਨਹੀਂ ਪਾਉਣਾ, ਕਿਉਂਕਿ ਗੋਭੀ ਨੇ ਹੀ ਪਾਣੀ ਜਿਹੜਾ ਬਹੁਤ ਸਾਰਾ ਰਿਲੀਜ਼ ਕਰ ਦੇਣਾ ਆ। ਫਿਰ ਛੇਤੀ ਗੋਭੀ ਜਿਹੜੀ ਉਹ ਬਹੁਤ ਜਲਦੀ ਬਣ ਜਾਂਦੀ, ਆਲੂ ਵੀ ਪੱਕ ਜਾਂਦੇ ਆ ਅਤੇ ਫਿਰ ਪਾਣੀ ਨਹੀਂ ਜਲਦੀ ਸੁੱਕਦਾ ਹੈਗਾ। ਇਹਨੂੰ ਢੱਕ ਕੇ ਜਿਹੜਾ ਆ ਉਹ ਪੱਕਣ ਦੇਵਾਂਗੇ ਮੀਡੀਅਮ ਹੀਟ ਦੇ ਉੱਤੇ। ਇਹਨੂੰ ਬਣਨ ਵਿੱਚ ਕੋਈ ਅੱਧਾ ਘੰਟਾ ਜਿਹੜਾ ਉਹ ਲੱਗ ਜਾਂਦਾ ਆ। ਵੇਖੋ ਕਿੰਨਾ ਪਾਣੀ ਜਿਹੜਾ ਆ ਉਹ ਸਬਜ਼ੀ ਨੇ ਰਿਲੀਜ਼ ਕਰ ਦਿੱਤਾ। ਹਲੇ ਮੈਂ ਅੱਧਾ ਘੰਟਾ ਪਹਿਲਾਂ ਜਿਹੜੀ ਗੋਭੀ ਆ ਧੋ ਕੇ ਰੱਖੀ ਸੀਗੀ, ਇਸੇ ਕਰਕੇ ਹਲੇ ਮੈਂ ਬਿਲਕੁਲ ਪਾਣੀ ਨਹੀਂ ਵਿੱਚ ਪਾਇਆ। ਫਿਰ ਵੀ ਵੇਖੋ ਗੋਭੀ ਨੇ ਕਿੰਨਾ ਪਾਣੀ ਰਿਲੀਜ਼ ਕੀਤਾ ਆ। ਹੁਣ ਆਪਾਂ ਇਹਨੂੰ ਜਿਹੜਾ ਆ ਹਲੇ ਜਿਹੜਾ 10 ਮਿੰਟ ਜਿਹੜਾ ਆ ਉਹ ਢੱਕ ਕੇ ਹੀ ਬਣਾਵਾਂਗੇ। ਫਿਰ ਇਹਨੂੰ ਆਪਾਂ ਖੁੱਲ੍ਹਾ ਜਿਹੜਾ ਆ ਉਹ ਪੱਕਣ ਦੇਣਾ ਆ ਅਤੇ ਮੈਂ ਜਿਹੜਾ ਗੈਸ ਆ ਉਹ ਟ੍ਰਾਂਸਫਰ ਕਰ ਦੇਣਾ, ਇਹਨੂੰ ਦੂਸਰੇ ਗੈਸ 'ਤੇ ਰੱਖ ਦੇਣਾ ਆ। ਸਬਜ਼ੀ ਸਾਡੀ ਬਣ ਕੇ ਤਿਆਰ ਹੋ ਗਈ ਆ। ਬਸ ਇਹਨੂੰ ਹੁਣ 5 ਮਿੰਟ ਜਿਹੜਾ ਮੈਂ ਖੁੱਲ੍ਹਾ ਹੀ ਪੱਕਣ ਦਊਂਗੀ, ਜਿਹੜਾ ਥੋੜ੍ਹਾ ਬਹੁਤਾ ਪਾਣੀ ਆ ਉਹ ਭਾਫ਼ ਬਣ ਕੇ ਜਿਹੜਾ ਉੱਡ ਜਾਵੇ ਅਤੇ ਸਬਜ਼ੀ ਜਿਹੜੀ ਆ ਦੇਖੋ ਕਿੱਡੀ ਸੋਹਣੀ ਬਣੀ ਆ। ਧੂੰਏ ਕਰਕੇ ਨਜ਼ਰ ਨਹੀਂ ਆਉਂਦੀ, ਬਟ ਉੱਦਾਂ ਜਿਹੜੀ ਲੁੱਕ ਆ ਬਹੁਤ ਹੀ ਵਧੀਆ ਆ। ਬ੍ਰੇਕਫਾਸਟ ਆ ਉਹ ਹੋ ਗਿਆ ਆ ਅਤੇ ਬਾਹਰ ਜਿਹੜੀ ਅੱਜ ਬਹੁਤ ਜ਼ਿਆਦਾ ਠੰਡ ਆ, ਬਹੁਤ ਜ਼ਿਆਦਾ ਧੁੰਦ ਪਈ ਹੋਈ ਆ ਅਤੇ ਸਬਜ਼ੀ ਬਹੁਤ ਹੀ ਟੇਸਟੀ ਬਣੀ ਸੀਗੀ। ਅਤੇ ਹੁਣ ਜਿਹੜਾ ਵੇਖੋ ਖਲਾਰਾ ਪਿਆ ਆ, ਇਹ ਸਾਰਾ ਖਲਾਰਾ ਜਿਹੜਾ ਆ ਉਹ ਮੈਂ ਚੁੱਕਣਾ ਆ। ਅੱਜ ਮੈਂ ਸੋਚਦੀ ਪਈ ਹਾਂ ਕਿ ਅੱਜ ਗੁਰਦੁਆਰਾ ਸਾਹਿਬ ਜਾ ਕੇ ਆਈਏ ਅਤੇ ਬੱਚਿਆਂ ਦੇ ਜਿਹੜੇ ਪੇਪਰ ਆ ਉਹ ਖਤਮ ਹੋ ਗਿਆ, ਐਗਜ਼ਾਮਸ ਓਵਰ ਹੋ ਗਏ ਆ ਅਤੇ ਛੁੱਟੀਆਂ ਪੈ ਗਈਆਂ ਆ, ਮਤਲਬ ਕਿ ਹੋਲੀਡੇਜ਼ ਸਟਾਰਟ ਹੋ ਗਏ ਆ ਅਤੇ ਹੁਣ ਇਹਨਾਂ ਨੂੰ ਇੱਕ ਵੀਕ ਦੀਆਂ ਜਿਹੜੀਆਂ ਛੁੱਟੀਆਂ, ਇੱਕ ਹਫ਼ਤੇ ਦੀਆਂ ਛੁੱਟੀਆਂ ਆ। ਮੈਂ ਨਾ ਪੰਜਾਬੀ ਅਤੇ ਇੰਗਲਿਸ਼ ਦੋਨਾਂ ਵਿੱਚ ਜਿਹੜਾ ਆ ਉਹ ਬੋਲਦੀ ਪਈ ਹਾਂ, ਕਿਉਂਕਿ ਨਾ ਕੁਝ ਸਬਸਕ੍ਰਾਈਬਰ ਜਿਹੜੇ ਆ ਉਹ ਮੇਰੀ ਲੈਂਗੁਏਜ ਜਿਹੜੀ ਨਹੀਂ ਸਮਝ ਸਕਦੇ, ਮਤਲਬ ਕਿ ਪੰਜਾਬੀ ਲੈਂਗੁਏਜ ਨਹੀਂ ਸਮਝਦੇ, ਅਤੇ ਉਹਨਾਂ ਨੂੰ ਫਿਰ ਮੈਂ ਥੋੜ੍ਹੇ ਮੋਟੇ ਮੋਟੇ ਜਿਹੜੇ ਸੈਂਟੈਂਸ ਆ ਉਹ ਇੰਗਲਿਸ਼ ਵਿੱਚ ਬੋਲ ਦਿੰਦੀ ਹਾਂ।
ਇੱਧਰ ਬਣਾ ਰਿਹਾ ਪਵਨ ਪੰਦ ਮੱਖਣ, ਮੈਨੂੰ ਦੇਂਗਾ? ਯੈਸ ਹੈ, ਬੋਲਦਾ ਨਹੀਂ ਆ। ਯੈਸ ਯੈਸ, ਮੈਂ 1 ਬਾਈਟ ਹੀ ਲੈਣੀ ਆ। ਸੋ ਅਸੀਂ ਆ ਗਏ ਹਾਂ ਗੁਰਦੁਆਰੇ ਤੋਂ ਘਰ। ਬਾਹਰ ਬਹੁਤ ਜ਼ਿਆਦਾ ਧੁੰਦ ਪੈ ਗਈ ਆ, ਬਿਲਕੁਲ ਹੀ ਹਨੇਰਾ ਹੋ ਗਿਆ ਆ। ਮਤਲਬ ਕਿ ਬਹੁਤ ਜ਼ਿਆਦਾ ਧੁੰਦ ਪੈ ਗਈ, ਇੱਕਦਮ ਧੁੰਦ ਜਿਹੜੀ ਆ ਥੱਲੇ ਡਿੱਗਦੀ ਪਈ ਸੀਗੀ। ਸੋ ਹੁਣ ਮੈਂ ਜਿਹੜਾ ਸਭ ਤੋਂ ਪਹਿਲਾਂ 1 ਗਲਾਸ ਪਾਣੀ ਦਾ ਪੀਣਾ ਆ, ਅਤੇ ਫਿਰ ਜਿਹੜੀ ਮੈਂ ਚਾਹ ਬਣਾ ਕੇ ਪੀਊਂਗੀ। ਗੁਰਦੁਆਰਾ ਸਾਹਿਬ ਤੋਂ ਆ ਕੇ ਅਤੇ ਮੈਂ 1 ਗਲਾਸ ਪਾਣੀ ਦਾ ਪੀਤਾ, ਫਿਰ ਚਾਹ ਪੀਤੀ ਆਫਟਰ ਇੱਕ, ਮਤਲਬ ਕਿ 1 ਘੰਟੇ ਬਾਅਦ ਚਾਹ ਪੀਤੀ ਸੀਗੀ। ਅਤੇ ਫਿਰ ਉਸ ਤੋਂ ਬਾਅਦ ਡਿਨਰ ਕੀਤਾ, ਅਤੇ ਹੁਣ ਮੈਂ ਦੁੱਧ ਗਰਮ ਕਰ ਰਹੀ ਹਾਂ।
ਅਤੇ ਦੁੱਧ ਪੀ ਕੇ ਹੁਣ ਸੋ ਜਾਣਾ ਆ। ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ, ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਫੋਰ ਵਾਚਿੰਗ।